ਭਾਈ ਸਾਹਿਬ ਇੱਕ ਕੰਪਨੀ ਦੀ ਐਲਈਡੀ ਸਾਡੀ ਖਰਾਬ ਹੋ ਗਈ। ਕੰਪਨੀ ਨੇ ਉਹਦਾ ਖਰਚਾ ਦੱਸਿਆ ਜੀ 28-29,000 ਰੁਪਈਆ, ਪਰ ਅਸੀਂ ਫਿਰ ਆ ਗਏ ਹਾਂ ਜੀ ਇੱਕ ਵਾਰੀ ਆਰ ਕੇ ਐਲਈਡੀ ਪੈਨਲ ਰਿਪੇਅਰ ਫੈਕਟਰੀ ਵਾਲਿਆਂ ਕੋਲ ਅੰਮ੍ਰਿਤਸਰ ਦੇ ਵਿੱਚ। ਦੇਖਦੇ ਹਾਂ ਕਿ ਇਹ ਕਿੰਨੇ ਪੈਸੇ ਮੰਗਦੇ ਆ। ਥੋੜ੍ਹੀ ਜਿਹੀ ਮਹਿੰਗੀ ਐਲਈਡੀ ਆ ਜੀ, ਅਤੇ ਭਾਅ ਜੀ ਨਾਲ ਆਪਾਂ ਪੁੱਛਦੇ ਹਾਂ, ਗੱਲਬਾਤ ਕਰਦੇ ਹਾਂ ਕਿ ਸੱਚੀ ਮੁੱਚੀ ਕੋਈ ਫਰਕ ਪਾਉਂਦੇ ਆ। ਕਹਿੰਦੇ ਅਸੀਂ ਬੜੇ ਜਾਇਜ਼ ਰੇਟਾਂ ਦੇ ਵਿੱਚ ਜਿਹੜੀਆਂ ਐਲਈਡੀਆਂ ਨੇ ਰਿਪੇਅਰ ਕਰ ਦਿੰਦੇ ਹਾਂ, ਤਾਂ ਵੇਖ ਲੈਂਦੇ ਭਾਅ ਜੀ ਕੁਛ ਐਜ ਕਰਦੇ ਆ ਕਿ ਉਨੇ ਹੀ ਪੈਸੇ ਮੰਗਦੇ ਕੰਪਨੀ 'ਚ ਨਹੀਂ। ਕੀ ਗੱਲ ਹੈ ਇਹਨੂੰ? ਇਹ ਚੱਲਣ ਨਹੀਂ ਡਈ, ਵੇਖੋ ਕੀ ਹੁਣ ਚੈੱਕ ਕਰਦੇ। ਚਲੋ ਚੈੱਕ ਕਰਾਈਓ ਕਿਤੇ। ਚੈੱਕ ਚੁੱਕ ਨਹੀਂ ਕਰਵਾਈ ਅਸੀਂ, ਤੁਸੀਂ ਵੇਖੋ ਇਹਦੇ ਪੈਸੇ ਕਿੰਨੇ ਲੱਗਦੇ ਆ ਜੀ। ਹੈਗੇ ਇਹਦੇ ਪੇਜ ਖੁੱਲੇ ਪਏ ਤੇ ਨਾਲੇ ਆ ਲੱਗਾ ਕੰਪਨੀ ਵੱਲੋਂ ਚੈੱਕ ਹੋ ਗਈ ਇੱਕ ਵਾਰੀ। ਚੈੱਕ ਮੈਂ ਕਰਵਾਈ ਆ, ਤੁਸੀਂ ਵੇਖ ਲਈ ਇਹ ਗੱਲ, ਤੁਸੀਂ ਦੱਸ ਲਈ ਵੇਖੋ ਵੀ ਇਹ 29,700 ਰੁਪਏ ਲੱਗਣ ਦਾ, ਤੇ ਇਹਨੇ ਵੈਸੇ ਤਾਂ ਮੈਂ ਲਾਉਣੇ ਨਹੀਂਗੇ। ਹਾਂਜੀ, ਤੁਸੀਂ ਵੇਖੋ ਕਿੰਨੇ ਕਲਾਸ ਆ। ਕੋਈ ਨਹੀਂ, ਆਪਾਂ ਹੁਣ ਚੈੱਕ ਕਰਕੇ ਦੱਸ ਦੇਦਾਂ, ਤੁਹਾਨੂੰ ਵੇਟ ਕਰਨੀ ਪਊਗੀ। ਨਾਲੇ ਤੁਸੀਂ ਆਉਂਦੇ ਅਸੀਂ 10 ਮਿੰਟਾਂ 'ਚ ਕਰ ਦਿੰਦੇ। ਭਾਅ ਜੀ ਕਹਿੰਦੇ ਭਾਅ ਜੀ ਅੰਦਰ ਮਸ਼ੀਨ ਤੇ ਕੰਮ ਕਰਨਦੇ ਆ, ਕੋਈ ਨਾ ਉਹਨਾਂ ਨੂੰ ਸੱਦ ਲੈਣੇ ਬਾਹਰ। ਓਕੇ ਜੀ, ਪਹਿਲਾਂ ਉਹਨਾਂ ਨੂੰ ਸੱਦ ਲਓ, ਉਹੀ ਵੇਚ ਦਿੰਦੇ। ਹਾਂਜੀ, ਕੋਈ ਨਾ ਖੋਲ ਕੇ ਆਪਾਂ ਵੇਖੀਏ ਕੀ ਗੱਲ ਹੈ ਇਹਨੂੰ। ਉਹੀ ਐਲਈਡੀ ਆ? ਨਹੀਂ ਨਹੀਂ ਇਹ ਹੋਰ ਆ ਭਾਅ ਜੀ, ਉਹ ਤਾਂ ਠੀਕ ਹੈ, ਚੱਲੀ ਜਾਣ ਡਈ ਆ। ਤੈਨੂੰ ਕੀ ਗੱਲ ਜੇ? ਇਹ ਚੱਲਣ ਨਹੀਂ ਜੇ ਡਈ ਭਾਅ ਜੀ, ਤੇ ਤੁਹਾਡਾ ਬੰਦਾ ਕਹਿੰਦਾ ਭਾਅ ਜੀ 2 ਘੰਟੇ ਲੱਗਣੇ, ਤੁਸੀਂ 10 ਮਿੰਟਾਂ 'ਚ ਕਰ ਦੇ ਜੇ। ਸਰ 10 ਮਿੰਟ 5 ਮਿੰਟ ਦਾ ਕੋਈ ਰੀਜਨ ਦੇ ਵਿੱਚ ਹੁੰਦਾ, ਮਸ਼ੀਨ ਜਿਹੜਾ ਆਪਣਾ ਵਰਕਿੰਗ ਕਰਦੀ ਉਹ 5 ਮਿੰਟ 'ਚ ਕਰਦੀ ਆ। 2,700 ਰੁਪਏ ਕੰਪਨੀ ਨੇ ਇਹਦਾ ਰੇਟ ਦੱਸਿਆ ਵੀ ਇਹਦਾ ਪੈਸੇ ਲੱਗਣੇ ਆ, ਠੀਕ ਹੈ। 29,700 ਤਾਂ ਮੈਂ ਲਾ ਨਹੀਂ ਸਕਦਾ ਸਰ, ਜੇ ਇੰਨੇ ਪੈਸੇ ਲੱਗਣੇ ਆ ਤੇ ਫਿਰ ਫਾਇਦਾ ਨਹੀਂ ਕੋਈ ਹੈਗਾ। ਫਿਰ ਅਸੀਂ ਤੁਹਾਨੂੰ ਐਲਈਡੀ ਤੁਹਾਨੂੰ ਵਾਪਸ ਕਰ ਦੇਣੀ ਆ, ਜੇ ਤੁਸੀਂ ਲੈਣਾ ਚਾਹੋਗੇ ਸਾਡੇ ਕੋਲ ਨਵੀਂ ਲੈ ਸਕਦੇ ਜੀ, ਨਹੀਂ ਤਾਂ ਤੁਹਾਨੂੰ ਐਲਈਡੀ ਵਾਪਸ ਦੇਵਾਂਗੇ। ਜੇ ਤੇ ਕੰਪਨੀ ਦੀ ਐਲਈਡੀ ਆ ਤੁਹਾਡੀ, ਮੰਨ ਲਓ 60,000 ਦੀ ਐਲਈਡੀ, ਅਸੀਂ ਐਵਰੇਜ ਮੰਨ ਕੇ ਚੱਲੀਏ 10,000 ਰੁਪਇਆ ਲੱਗੇਗਾ ਤੇ ਫਿਰ ਫਾਇਦਾ ਆ, ਨਹੀਂ ਤਾਂ ਤੁਹਾਨੂੰ ਵਾਪਸ ਦੇਵਾਂਗੇ। ਠੀਕ ਹੈ ਜੀ, ਅਸੀਂ 29,000 ਰੁਪਇਆ ਖਰਚਾਂਗੇ ਏਡੀ ਪੁਰਾਣੀ ਐਲਈਡੀ ਦੇ, ਏਡੇ ਤਗੜੇ ਬ੍ਰਾਂਡ ਨੂੰ ਰਿਪੇਅਰ ਕਰਨ ਦਾ ਫਾਇਦਾ ਹੈਗਾ ਆ। ਲੋਕਲ ਐਲਈਡੀ ਹੁੰਦੀ ਫਿਰ ਨਹੀਂ ਫਾਇਦਾ ਸੀ, ਇਸ ਨੂੰ ਰਿਪੇਅਰ ਕਰਦੇ ਆ, ਚੈੱਕ ਕਰਦੇ ਆ। ਮੈਂ ਤਾਂ ਪਹਿਲਾਂ ਡਰ ਗਿਆ ਤੁਹਾਨੂੰ ਦੇਖ ਕੇ ਕਿ ਉਹ ਐਲਈਡੀ ਲੈ ਆਏ ਜੀ, ਠੀਕ ਹੈ ਜੀ, ਲੇਕਿਨ ਤੁਸੀਂ ਨਵੀਂ ਐਲਈਡੀ ਲੈ ਕੇ ਆਏ ਜੀ, ਅਸੀਂ ਤੁਹਾਡੀ ਹੋਰ ਰਿਪੇਅਰ ਕਰਦੇ ਆ। ਪਹਿਲੀ ਐਲਈਡੀ ਬਿਲਕੁਲ ਠੀਕ ਚੱਲਦੀ ਤੁਹਾਡੀ ਜੀ? ਹਾਂਜੀ, ਉਹ ਚੱਲੀ ਜਾਂਦੀ। ਬਾਕੀ ਭਾਜੀ ਅਸੀਂ ਚੈੱਕ ਕਰਕੇ ਵੇਨੇ ਆ, ਕੰਪਨੀ ਨੇ ਇਹਨੂੰ ਕਾਰਡ ਦਾ ਵੀ ਕਲੀਅਰ ਕਰਤਾ ਵਾ, ਪੈਨਲ ਵੀ ਖਰਾਬ ਕਰਤਾ ਵਾ, ਠੀਕ ਹੈ ਜੀ, ਸਰਵਿਸ ਚਾਰਜਸ ਵੀ 1,700 ਰੁਪਏ ਦੱਸਦੇ ਨੇ। ਅਸੀਂ ਜੇ ਤੁਹਾਡੀ ਐਲਈਡੀ ਰਿਪੇਅਰ ਨਹੀਂ ਹੋਵੇਗੀ ਅਸੀਂ ਕੋਈ ਸਰਵਿਸ ਚਾਰਜ ਨਹੀਂ ਲਵਾਂਗੇ। ਭਾਜੀ ਆ ਸਾਡੀ ਹੈ ਕੋਈ ਹੋਰ ਆ ਜੀ ਆਪਾਂ? ਨਹੀਂ ਸਰ, ਤੁਹਾਡੇ ਲਈ ਐਲਈਡੀ ਤੇ ਅੱਜ ਪਹੁੰਚਣੀ ਆ, ਅਸੀਂ ਕਿਸੇ ਹੋਰ ਕਸਟਮਰ ਦੀ ਚੈੱਕ ਕਰਦੇ ਪਏ ਆ। ਆ ਤੁਸੀਂ ਵੇਖ ਸਕਦੇ ਜੀ ਇਹਦੇ ਵਿੱਚ ਪ੍ਰੋਬਲਮ ਜਿਹੜੀ ਆ ਰਹੀ ਹੈ ਜੀ, ਆ ਤੁਹਾਨੂੰ ਸਾਹਿਬ ਹੀ ਕੰਡੀਸ਼ਨ ਪਤਾ ਲੱਗ ਰਹੀ ਹੋਏਗੀ ਪ੍ਰੋਬਲਮ ਵਾਲੀ, ਠੀਕ ਹੈ ਜੀ। ਆ ਵੇਖੋ ਜੀ ਇਹਨਾਂ ਵਿੱਚ ਜੋ ਪ੍ਰੋਬਲਮ ਆ, ਇਹ ਇੱਕ ਕੀੜੀ ਵਾਂਗੂ ਜਿਹੜੀ ਇਹ ਮਸ਼ੀਨ ਦੇ ਵਿੱਚ ਤੁਹਾਨੂੰ ਵਰਕਿੰਗ ਹੋ ਰਹੀ ਆ, ਠੀਕ ਹੈ ਜੀ। ਮਤਲਬ ਨਿੱਕੀਆਂ ਨਿੱਕੀਆਂ ਨਾੜੀਆਂ ਨੇ ਇਹਦੇ ਵਿੱਚ? ਬਿਲਕੁਲ ਬਿਲਕੁਲ ਜੀ, ਨਿੱਕੀਆਂ ਨਿੱਕੀਆਂ ਨਾੜੀਆਂ ਨੇ, ਠੀਕ ਹੈ ਜੀ। ਇਹਨਾਂ ਨਾੜੀਆਂ ਦੇ ਇਹਨੂੰ ਆਪਾਂ ਚੈੱਕ ਕਰਨਾ ਵਾ ਕਿ ਇਹ 'ਚ ਪ੍ਰੋਬਲਮ ਕਾਹਦੀ ਹੈਗੀ ਆ। ਲਓ ਭਾਈ ਸਾਹਿਬ ਸਕੈਨਿੰਗ ਚੱਲ ਰਹੀ ਆ ਜੀ, ਦੇਖਦੇ ਆ ਹੁਣ ਕੀ ਕਰਦੇ ਨੇ ਸਾਡੇ ਰਕੇਸ਼ ਭਾਜੀ। ਬਿਲਕੁਲ ਜੀ ਬਿਲਕੁਲ, ਸਕੈਨਿੰਗ ਚੱਲ ਰਹੀ ਆ ਜੀ। ਬਾਕੀ ਤੁਹਾਡੇ ਲਈ ਦੇ ਕਿ ਕੀੜੀਆਂ ਮਕੌੜੇ ਜੇ ਲੱਗਣ ਦੇ ਹੋਣੇ ਨੇ, ਬਾਕੀ ਸਾਡੇ ਲਈ ਨੇ ਸਾਰਾ ਡਾਇਗਰਾਮ ਆ, ਬਹੁਤ ਤਕੜਾ ਸਰਕਿਟ ਆ, ਤੇ ਉਸ ਸਰਕਿਟ ਨੂੰ ਇਹ ਮਸ਼ੀਨ ਟਰੇਸ ਕਰ ਰਹੀ ਆ ਤੇ ਅਸੀਂ ਉਸ ਨੂੰ ਦੇਖ ਰਹੇ ਹਾਂ। ਇਹ ਆਟੋ ਹੋ ਰਹੀ ਆ, ਇਹਦੇ ਵਿੱਚ ਜੋ ਵੀ ਪ੍ਰੋਬਲਮ ਹੋਏਗੀ ਉਹ ਤੁਹਾਡੀ ਕਲੀਅਰ ਹੋਏਗੀ। ਤੇ ਸਾਰਾ ਸਾਡੀ ਹੁਣ ਜਿਹੜੀ ਸਾਨੂੰ ਸ਼ੂਟਿੰਗ ਜਿੱਦਾਂ ਮਿਲੀ ਆ, ਅਸੀਂ ਕਸਟਮਰ ਨੂੰ ਸਾਰਿਆਂ ਨੂੰ ਪਹਿਲਾਂ ਖਰਚਾ ਦੱਸਦੇ ਹਾਂ। ਖਰਚਾ ਦੱਸਣ ਤੋਂ ਬਾਅਦ ਜੇ ਸਾਨੂੰ ਕਸਟਮਰ ਹਾਂ ਕਰ ਦਿੰਦਾ, ਸਾਨੂੰ ਕਸਟਮਰ ਨੇ ਇਹਨੂੰ ਖਰਚਾ ਦੱਸਿਆ ਸੀ ਅਸੀਂ 1,000 ਤੋਂ 4,300 ਦਾ, ਸਾਨੂੰ ਗਾ ਕਹਿ ਗਿਆ ਸੀ ਸਾਨੂੰ ਫੋਨ ਕਰਨ ਦੀ ਲੋੜ ਨਹੀਂ ਆ, ਤੁਸੀਂ ਜੇ 4,000-5,000 ਵੀ ਲੱਗੇਗਾ ਕਰ ਦਿਓ, ਠੀਕ ਹੈ ਜੀ। ਸਾਡੇ ਇੱਥੇ ਖਰਚਾ ਲੱਗਿਆ 2.5 ਮਿੰਟ, 2.5 ਮਿੰਟ ਦੇ ਹਿਸਾਬ ਨਾਲ ਇਹਦਾ ਜੋ ਚਾਰਜਿਸ ਸਾਡਾ ਬਣੇਗਾ ਇਹਦਾ 2,300-2,400 ਰੁਪਇਆ ਸਾਡੀ ਲੇਬਰ ਪਾ ਕੇ ਅਸੀਂ ਕਸਟਮਰ ਕੋਲੋਂ ਪੈਸੇ ਲੈ ਲਾਂਗੇ ਤੇ ਇਹਨੂੰ ਐਲਈਡੀ ਨੂੰ ਓਕੇ ਕਰ ਦਾਂਗੇ। ਜੇ ਓਕੇ ਹੋ ਗਏ, ਜੇ ਚੱਲਣ ਵਾਲੀ ਹੋਏਗੀ ਤੇ ਅਸੀਂ ਇਹਨੂੰ ਤਾਂ ਪੈਸੇ ਲਵਾਂਗੇ, ਨਹੀਂ ਤੇ ਕਸਟਮਰ ਨੂੰ ਇਸੇ ਤਰ੍ਹਾਂ ਵਾਪਸ। ਮਤਲਬ ਜਿਹੜੀ ਹੈ ਸਕੈਨਿੰਗ ਕਰਨ ਦੇ ਇਹਦਾ ਨਹੀਂ ਕੋਈ ਪੈਸਾ ਲੈਣਾ? ਨਹੀਂ ਜੀ ਨਹੀਂ ਸਰ, ਸਕੈਨਿੰਗ ਕਰਨ ਦਾ ਅਸੀਂ ਕੋਈ ਪੈਸਾ ਨਹੀਂ ਲੈਂਦੇ। ਭਾਜੀ ਭਾਜੀ ਅਸੀਂ ਪ੍ਰੋਬਲਮ ਲੱਭ ਲਈ ਆ ਤੇ ਤੁਸੀਂ ਇਹਨੂੰ ਵੇਖ ਸਕਦੇ ਜੀ, ਬਿਲਕੁਲ ਅਸੀਂ ਲਾਈਵ, ਪੂਰਾ ਲਾਈਵ ਰਿਪੇਅਰ ਕਰਾਂਗੇ ਪੈਨਲ ਜੀ। ਕਿ ਅਸੀਂ ਕਿਸੇ ਕਸਟਮਰ ਨੂੰ ਹੋਰ ਨੂੰ ਨਹੀਂ ਆਉਂਦੇ, ਸਿਰਫ ਤੁਹਾਨੂੰ ਸਪੈਸ਼ਲੀ ਦਿਖਾਉਣ ਲੱਗੇ ਆ, ਕਿਉਂਕਿ ਸਾਨੂੰ ਮੀਡੀਆ ਵਾਲੇ ਚੈਨਲ ਤੇ ਹੋਰ ਪੀਟੀਸੀ ਚੈਨਲ ਵਾਲੇ ਹੋਰਾਂ ਦੇ ਕਾਫੀਆਂ ਦੇ ਵੀਡੀਓ ਬਣਾਈਆਂ ਗਈਆਂ ਨੇ, ਲੇਕਿਨ ਉਹ ਅਸੀਂ ਵੈਸੇ ਬਣਾਈਆਂ ਨੇ, ਲਾਈਵ ਨਹੀਂ ਬਣਾਈਆਂ, ਤੁਹਾਡੇ ਚੈਨਲ ਤੇ ਲਾਈਵ ਵੀਡੀਓ ਬਣਾ ਰਹੇ ਹਾਂ ਜੀ। ਹਾਂਜੀ ਹਾਂਜੀ, ਤਾਂ ਤੁਸੀਂ ਵੇਖ ਸਕਦੇ ਜੀ ਪੈਨਲ ਸਕੈਨ ਕਰ ਲਿਆ ਵਾ, ਤੇ ਭਾਜੀ ਜਿੱਦਾਂ ਪ੍ਰੋਬਲਮ ਆ ਰਹੀ ਆ ਅਸੀਂ ਇਹਨੂੰ ਲਾਈਵ ਰਿਪੇਅਰ ਕਰਨ ਲੱਗੇ। ਆ ਵੇਖੋ ਜੀ ਇਹ ਬਿਲਕੁਲ ਓਕੇ ਹੋ ਗਿਆ ਜੀ, ਇਹ ਸੈਟ ਬਿਲਕੁਲ ਓਕੇ ਹੋ ਗਿਆ, ਲਾਈਵ ਰਿਪੇਅਰ ਕੀਤਾ ਵਾ, ਇਹ ਨਹੀਂ ਕਿ ਕੋਈ ਤੁਹਾਨੂੰ ਕਰਕੇ ਕੁਝ ਦਿਖਾ ਕੁਝ ਦਿੱਤਾ। ਹਾਂਜੀ ਲਓ ਜੀ ਤੁਹਾਡੀ ਵੀ ਐਲਈਡੀ ਆ ਗਈ ਆ, ਸਕਰੀਨ ਆ ਗਈ ਆ, ਤੁਹਾਡਾ ਪੈਨਲ ਰਿਪੇਅਰ ਕਰਦੇ ਆ ਤੇ ਵੇਖਦੇ ਆ ਕਿ ਇਹਦੇ ਵਿੱਚ ਕਿੰਨੇ ਕੁ ਪੈਸੇ ਲੱਗ ਸਕਦੇ ਨੇ। ਰਿਪੇਅਰ ਹੋ ਸਕਦਾ ਨਹੀਂ ਹੋ ਸਕਦਾ, ਤੁਸੀਂ ਕੋਈ ਵੀ ਸਰਵਿਸ ਸੈਂਟਰ 'ਚ ਜਾਂਦੇ ਜੇ ਉਹ ਤੁਹਾਡੇ ਕੋਲ ਸਰਵਿਸ ਚਾਰਜ ਪਹਿਲਾਂ ਲਗਾਉਂਦੇ ਨੇ, ਤੁਸੀਂ ਕੰਮ ਕਰਾਓ ਜਾਂ ਨਾ ਕਰੋ, ਉਹਨਾਂ ਨੇ ਆਪਣੀ ਲੇਬਰ ਲੈ ਲੈਣੀ ਆ। ਸਾਡੇ ਕੋਲ ਕਸਟਮਰ ਨਹੀਂ ਹੁੰਦੇ, ਆਪਾਂ ਫੈਮਿਲੀ ਮੈਂਬਰਾਂ ਵਾਂਗੂ ਕੰਮ ਕਰਦੇ ਆ ਕਿ ਜੋ ਸਾਡੇ ਕੋਲ ਆ ਜਾਏ ਉਹ ਸਾਡਾ ਫੈਮਿਲੀ ਮੈਂਬਰ ਬਣ ਜਾਏ। ਤੇ ਬਾਕੀ ਸਾਡੇ ਕੋਲ ਜਿਹੜੇ ਤੁਸੀਂ ਵੇਖੇ ਹੋਣਗੇ, ਸਾਡੇ ਕੋਲ ਕੰਪਨੀ ਵਾਲੇ ਵੀ ਅਲੱਗ-ਅਲੱਗ ਤਰ੍ਹਾਂ ਦੇ ਆਉਂਦੇ ਨੇ ਤੇ ਤੁਹਾਨੂੰ ਦਿਖਾਵਾਂਗੇ। ਕੰਪਨੀ ਵਾਲੇ ਵੀ ਤੁਹਾਡੇ ਕੋਲ ਆ ਕੇ ਰਿਪੇਅਰ ਕਰਵਾਉਂਦੇ ਨੇ? ਬਿਲਕੁਲ ਜੀ ਸਰ, ਕੰਪਨੀ ਵਾਲੇ ਜਿਹੜੇ ਹੁੰਦੇ ਨੇ ਇਸ
ਤਰ੍ਹਾਂ ਹੁੰਦਾ ਕਿ ਉਹ ਰਿਪੇਅਰ ਨਹੀਂ ਕਰਦੇ, ਉਹ ਪਾਰਟਸ ਹੀ ਚੇਂਜ ਕਰਦੇ ਨੇ। ਲੇਕਿਨ ਜੋ ਉਹਦੇ ਚੋਂ ਪਾਰਟਸ ਨਿਕਲਦਾ ਹੈ ਉਹਨਾਂ ਦੇ ਕੰਪਨੀ ਵਾਲਿਆਂ ਦੇ ਲੜਕੇ ਲਾ ਲਓ ਜਾਂ ਕੰਪਨੀ ਵਾਲਿਆਂ ਦੇ ਜਿਹੜੇ ਵੇਸਟ ਹੁੰਦੇ ਨੇ ਐਲਈਡੀਆਂ, ਉਹ ਬਾਅਦ ਚੋਂ ਸਾਡੇ ਕੋਲ ਪਹੁੰਚਦੀਆਂ ਨੇ ਤੇ ਉਹ ਰਿਪੇਅਰ ਕਰਾ ਕੇ ਉਹ ਬਾਅਦ ਚੋਂ ਫਿਰ ਮਾਰਕੀਟ ਦੇ ਵਿੱਚ ਸੇਲ ਕੀਤੀਆਂ ਜਾਂਦੀਆਂ ਨੇ। ਅਸੀਂ ਕਿਸੇ ਬ੍ਰਾਂਡ ਦਾ ਨਾਂ ਨਹੀਂ ਲੈਂਦੇ ਕਿਉਂਕਿ ਐਲਈਡੀ ਸਾਡੇ ਕੋਲ 2000 ਲੱਗਾ ਹੁੰਦਾ ਵਾ ਕਿ ਉਹ 10000, 5000, 15000 ਮੰਗਦੇ ਲੈਂਦੇ ਨੇ ਤੇ ਬਾਕੀ ਸਾਰਾ ਅਸੀਂ ਜਿਹੜਾ ਪੈਨਲ ਇਹਨੂੰ ਕਰਦੇ ਪਏ ਇਹਨੂੰ ਵਾਰ ਵਾਰ ਇਸ ਲਈ ਬਣਾ ਰਹੇ ਹਾਂ ਵੀਡੀਓ ਕਿਉਂਕਿ ਸਾਡਾ ਜਿਹੜਾ ਕਸਟਮਰ ਜੋ ਵੀ ਸਾਡੇ ਕੋਲ ਆ ਰਿਹਾ ਹੋਏ, ਠੀਕ ਹੈ ਜੀ, ਅਸੀਂ ਜਿੰਨੇ ਵੀ ਵਿਚੋਲੇ ਉਹ ਬਾਹਰ ਕੱਢਣਾ ਚਾਹੁੰਦੇ ਹਾਂ ਕਿਉਂਕਿ ਸਾਡੇ ਕੋਲ ਕਸਟਮਰ ਸਿੱਧਾ ਆਵੇ ਤੇ ਸਾਡੇ ਕੋਲ ਰਿਪੇਅਰ ਕਰਾ ਕੇ ਲੈ ਕੇ ਜਾਵੇ ਘੱਟ ਪੈਸਿਆਂ ਵਿੱਚ। ਸਾਨੂੰ ਉਦੋਂ ਦੁੱਖ ਲੱਗਦਾ ਹੈ ਜਦੋਂ ਅਸੀਂ 800 ਰੁਪਇਆ ਦੁਕਾਨਦਾਰ ਕੋਲ ਮੰਗਦੇ ਹਾਂ ਜਾਂ ਕਿਸੇ ਕੰਪਨੀ ਵਾਲੇ ਕੋਲ 1000 ਰੁਪਇਆ 1500 ਮੰਗਦੇ ਹਾਂ, ਉਹ ਨਾਲ ਸਾਡੇ ਕੋਲ ਕਸਟਮਰ ਤੇ ਨਾਲ ਮਕੈਨਿਕ ਦੋਵੇਂ ਇਕੱਠੇ ਆ ਜਾਂਦੇ ਨੇ ਤੇ ਸਾਨੂੰ ਆ ਕੇ ਕਹਿੰਦੇ ਨੇ ਭਾਜੀ ਇਹਨਾਂ ਕੋਲ 4000 ਰੁਪਇਆ 4500 ਰੁਪਇਆ ਲੈ ਲਓ, ਸਾਡਾ ਉਦੋਂ ਬੜਾ ਦਿਲ ਦੁੱਖਦਾ ਹੈ ਜਦੋਂ ਇੰਨੇ ਪੈਸੇ ਮੰਗ ਲੈਂਦੇ ਨੇ। ਸਾਨੂੰ ਇਸ ਲਈ ਅਸੀਂ ਸੋਚਿਆ ਕਿ ਅਸੀਂ ਕਸਟਮਰ ਕੋਲ 800 ਰੁਪਇਆ ਲੈ ਦੇ, 800 ਦੀ ਜਗ੍ਹਾ ਕਸਟਮਰ ਕੋਲ 1000 ਰੁਪਇਆ ਲਵਾਂਗੇ ਸਾਨੂੰ ਨਹੀਂ ਦੁਖੇਗਾ। ਜਦੋਂ ਅਸੀਂ ਕਿਸੇ ਦੀ ਜੇਬ ਵਿੱਚੋਂ ਕੱਢ ਕੇ ਕਿਸੇ ਦੇ ਜੇਬ ਭਰਦੇ ਹਾਂ, ਇੱਕ 800 ਰੁਪਏ ਵਾਲੀ ਸ਼ਾਇਦ ਜਿਹੜੀ ਅਸੀਂ 4000 ਰੁਪਏ ਵੇਚਦੇ ਹਾਂ, ਦੋਸ਼ੀ ਅਸੀਂ ਕਰਾਉਂਦੇ ਹਾਂ, ਉਹ ਦੁਕਾਨਦਾਰ ਜਿਹੜਾ ਹੁੰਦਾ ਉਹ ਮੁਫਤ 'ਚ ਪੈਸੇ ਲੈ ਜਾਂਦਾ। ਇਹ ਸਰ ਤੁਹਾਡੀ ਐਲਈਡੀ ਮੇਰੇ ਹਿਸਾਬ ਨਾਲ ਤੇ ਪੈਨਲ ਬਿਲਕੁਲ ਓਕੇ ਆ ਜੀ, ਤੁਹਾਨੂੰ ਫੇਕ ਹੀ ਕਹਿ ਦਿੱਤਾ ਗਿਆ ਕਿ ਇਹ ਨਹੀਂ ਰਿਪੇਅਰ ਹੋਣਾ। ਓਕੇ, ਮਤਲਬ ਪੈਨਲ 'ਚ ਕੋਈ ਪ੍ਰੋਬਲਮ ਨਹੀਂ ਜੀ? ਬਿਲਕੁਲ ਜੀ, ਬਾਕੀ ਫਿਰ ਵੀ ਇੱਕ ਵਾਰੀ ਤਸੱਲੀ ਕਰਦੇ ਹਾਂ ਕੋਈ ਡਰਾਈ ਸੋਲਡ ਜਾਂ ਕੋਈ ਹੋਰ ਪ੍ਰੋਬਲਮ ਤਾਂ ਨਹੀਂ ਹੈਗੀ। ਬਾਕੀ ਜਿਹੜਾ ਤੁਹਾਡਾ 29000 ਰੁਪਇਆ ਹੈਗਾ ਸੀ ਉਹ 'ਚ 15000 ਹੋਣੇ ਘਟਾ ਲਓ। ਸਾਡਾ ਜਿਹੜਾ ਪੈਨਲ ਹੈ ਜੀ ਉਹਦਾ ਹੋ ਗਿਆ ਜੀ ਸੂਤਰ, ਮਤਲਬ ਪੈਨਲ 'ਚ ਕੋਈ ਪ੍ਰੋਬਲਮ ਨਹੀਂ, 15000 ਤਾਂ ਇੱਕ ਵੱਜ ਗਿਆ। ਤੁਸੀਂ ਵੀ ਸਾਡੇ ਵੀਡੀਓ ਨਾਲ ਬਣੇ ਰਹੋ, ਤੁਹਾਡੇ ਵੀ ਅਸੀਂ 1000 ਰੁਪਏ ਬਚਾਉਣੇ। ਕਿਸੇ ਮਿੱਤਰ ਦਾ ਜੇਕਰ ਕੋਈ ਪ੍ਰੋਬਲਮ ਹੈਗੀ ਹੈ ਨਾ ਐਲਈਡੀ ਦੇ ਵਿੱਚ, ਇਹ ਵੀਡੀਓ ਉਹਦੇ ਨਾਲ ਸ਼ੇਅਰ ਕਰ ਦਿਓ, ਜਾਂ ਕਿਸੇ ਕੋਲ ਐਲਈਡੀ ਹੈਗੀ ਆ ਕਿਉਂਕਿ 2-4 ਸਾਲ ਦਾ ਹੋ ਸਕਦਾ ਕਦੀ ਆਵੇ ਪ੍ਰੋਬਲਮ, ਤੇ ਜੇ ਉਸ ਮਿੱਤਰ ਨੂੰ ਪਤਾ ਹੋਊਗਾ ਨਾ ਵੀ ਆਹ ਬੰਦਾ ਜਿਹੜਾ ਹੈ ਫਲਾਣੀ ਜਗ੍ਹਾ ਤੇ ਇਹ ਬੜੇ ਜਾਇਜ਼ ਰੇਟ 'ਚ ਕੰਮ ਕਰਦਾ ਹੈ, ਤਾਂ ਉਹਦਾ ਵੀ ਫਾਇਦਾ ਹੋ ਜਾਊਗਾ ਤੇ ਤੁਹਾਡਾ ਵੀ ਫਾਇਦਾ ਹੋ ਜਾਊਗਾ ਜੀ। ਔਰ ਕਿਸੇ ਦਾ ਜੇ ਕੋਈ 2-4 ਹਜ਼ਾਰ 10 ਹਜ਼ਾਰ ਵੱਜਦਾ ਤਾਂ ਸਾਨੂੰ ਵੀ ਖੁਸ਼ੀ ਹੁੰਦੀ ਹੈ। ਬਿਲਕੁਲ ਜੀ, ਅਸੀਂ ਇੱਕ ਸਾਰਿਆਂ ਨੂੰ ਬੇਨਤੀ ਵੀ ਇਹ ਕਰਨਾ ਚਾਹੁੰਦੇ ਹਾਂ ਵੀਰ ਜੀ, ਵੀਡੀਓ ਪੂਰੀ ਵੇਖਿਓ ਨਹੀਂ ਤਾਂ ਸਕਿੱਪ ਕਰ ਦਿਓ, ਕਿਉਂਕਿ ਵੀਡੀਓ ਪੂਰੀ ਵੇਖੋਗੇ ਤਾਂ ਤੁਹਾਨੂੰ ਪਹਿਲਾਂ ਫਿਰ ਹੀ ਪਤਾ ਲੱਗਣਾ, ਤੁਸੀਂ ਵੀਡੀਓ ਅੱਧ ਵਿਚਾਲੇ ਵੇਖ ਲਓਗੇ ਤਾਂ ਤੁਹਾਨੂੰ ਕੁਝ ਵੀ ਪਤਾ ਨਹੀਂ ਲੱਗੇਗਾ। ਸਾਡੇ ਇੰਸਟਾਗ੍ਰਾਮ ਤੇ ਵੀ ਸਾਨੂੰ ਫੋਲੋ ਕਰ ਲਿਓ ਤੇ ਸਾਡਾ ਨੰਬਰ ਵੀ ਸੇਵ ਕਰ ਲਿਓ, ਕਿਉਂਕਿ ਇਨ ਕੇਸ ਕਿਸੇ ਵੀ ਜ਼ਿੰਦਗੀ ਵਿੱਚ ਜੇ ਰਹੇ ਤਾਂ ਤੁਹਾਡੇ ਨਾਲ ਜ਼ਰੂਰ ਮਿਲਾਂਗੇ, ਕਿਤੇ ਵੀ ਲੋੜ ਪੈ ਸਕਦੀ ਹੈ। ਇਹ ਮਸ਼ੀਨ ਹਰ ਇੱਕ ਪੈਨਲ ਰਿਪੇਅਰ ਕਰ ਦਿੰਦੀ ਆ, ਤੇ ਉਹ ਜੂ ਐਲਜੀ, ਸੈਮਸੰਗ, ਬੀਓਈ ਜਿਹੜਾ ਪੈਨਲ ਮਾਰਕੀਟ ਦੇ ਵਿੱਚ ਆ ਰਿਹਾ ਹੈ ਉਹ ਪੈਨਲ ਰਿਪੇਅਰ ਹੋ ਰਹੇ ਨੇ। ਅਸੀਂ ਪੈਨਲ ਹੋਰ ਰਿਪੇਅਰ ਕਰਦੇ ਹਾਂ, ਜਿਹੜਾ ਰਿਪੇਅਰ ਹੋ ਗਿਆ ਚੱਲ ਜੇ, ਕਿਸੇ ਨੂੰ ਪੈਸੇ ਦੁਖਣਾ, ਕਿਉਂਕਿ ਜੇ ਤੁਹਾਨੂੰ ਅੱਜ ਰਿਪੇਅਰ ਕਰਕੇ ਦੇਤਾ ਤੇ ਤੁਸੀਂ ਖੁਸ਼ ਹੋ ਜਾਓਗੇ ਘਰ ਚੱਲ ਜਾਓਗੇ, ਜਦੋਂ ਮਹੀਨੇ ਬਾਅਦ ਗਲਾਂ ਨੂੰ ਕੱਢੋਗੇ ਤੁਹਾਨੂੰ ਦੁੱਖ ਉਦੋਂ ਲੱਗਣਾ। ਇਸ ਕਰਕੇ ਅਸੀਂ ਕੰਮ ਉਹ ਕਰਦੇ ਹਾਂ ਕਿ ਜਿਹੜਾ ਵੱਧ ਸਮਾਂ ਚੱਲੇ, ਜੇ ਤੁਹਾਡੇ ਕੋਲ ਪੈਸੇ ਲੈ ਗਏ ਉਹ ਤੁਹਾਡੇ ਵਸੂਲੇ ਜਾਣ, ਤੁਹਾਡੇ ਨਾਲ ਨੋਰਮਲ ਐਲਈਡੀ ਹੀ ਇਹਨਾਂ ਕੋਲ ਆਪਾਂ ਸਮਾਰਟ ਕਰਾਉਣ ਲਈ ਪੁੱਛਿਆ ਫੇਰੂ ਤੇ ਆਪਾਂ ਜਦੋਂ ਫਿਰ ਵਿਆਹ 'ਚ ਰੇਟ ਪੁੱਛਿਆ ਨਵੀਂ ਦਾ ਤੇ ਇਹਨਾਂ ਤੋਂ ਅਪਡੇਟ ਕਰਾਉਣ ਦਾ ਸਾਨੂੰ ਫਿਊਚਰ ਉਹ ਦੇ ਦਿੰਦੇ ਆ ਜੋ ਇਹਨਾਂ ਨੇ ਸਾਨੂੰ ਸਮਾਰਟ ਕਰਕੇ ਦੇ ਦਿੱਤਾ, ਪਰ ਸਾਨੂੰ ਚੌਥਾ ਹੀ ਸੋਹਣਾ ਖਰਚਾ ਆ ਕਿਉਂਕਿ ਆਪਾਂ ਲੋ ਬਜਟ ਵਾਲੇ ਪੈ ਗਿਆ, ਪਰ ਇਹਨਾਂ ਨੇ ਹਾਈ ਲੈਵਲ 'ਚ ਚੀਜ਼ ਬਣਾ ਕੇ ਦਿੱਤੀ ਆ ਤੇ ਸਾਡੇ ਬੱਚੇ ਵੀ ਬਹੁਤ ਖੁਸ਼ ਆ। ਸਭ ਤੋਂ ਵੱਧ ਖੁਸ਼ੀ ਰਕੇਸ਼ ਭਾਜੀ ਕੋਲ ਆ ਕੇ ਹੁੰਦੀ ਆ ਕਿ ਨਿੱਕੀ ਜੀ ਗੁੜੀਆ ਆ ਜੀ, ਰਕੇਸ਼ ਭਾਜੀ ਦੀ ਛੋਟੀ ਭੈਣ ਆ ਤੇ ਇਹ ਵੀ ਦੇਖੋ ਜੀ ਪੂਰਾ ਨਾਲੇ ਪੜ੍ਹਦੀ ਵੀ ਆ ਤੇ ਨਾਲੇ ਇਹਨਾਂ ਦੀ ਮਦਦ ਵੀ ਕਰਵਾਉਂਦੀ ਆ ਜੀ ਇੱਥੇ। ਆਓ ਭਾਜੀ ਤੁਹਾਨੂੰ ਥੱਲੇ ਵੀ ਦਿਖਾਉਂਦੇ ਆ, ਜਿਹੜਾ ਬਾਕੀ ਸਾਡਾ ਵਰਕਿੰਗ ਚੱਲਦਾ ਪਿਆ, ਬ੍ਰਾਂਡਡ ਐਲਈਡੀਆਂ ਖੋਲੀਆਂ ਹੋਈਆਂ ਨੇ ਤੇ ਸਾਨੂੰ ਕੰਪਨੀਆਂ ਵੱਲੋਂ ਆਈਆਂ ਨੇ ਸਾਰੀਆਂ, ਠੀਕ ਹੈ ਜੀ। ਇਹ ਕੰਪਨੀਆਂ ਵੱਲੋਂ ਸਾਨੂੰ ਮਾਡਲ ਆਏ ਨੇ 13, ਇਹਨਾਂ 13 ਦਾ ਹੀ ਨੰਬਰ ਅਸੀਂ ਲਾਇਆ ਹੋਇਆ ਤੇ ਵਰਕਿੰਗ ਕਰਦੇ ਪਏ ਆ। ਤਾਂ ਵੇਖੋ ਜੀ ਇਹ ਲੜਕਾ ਚੈੱਕ ਕਰਦਾ ਪਿਆ ਐਲਈਡੀ ਇਸ ਦਾ ਹੋਣਾ, ਜਿਹੜਾ ਪੈਨਲ ਬਿਲਕੁਲ ਹੋ ਗਿਆ, ਇਹਦੇ ਹੁਣ ਕਾਰਡ ਦੀ ਪ੍ਰੋਬਲਮ ਹੈ, ਉਹ ਕਾਰਡ ਚੈਕਿੰਗ ਕਰਦਾ ਪਿਆ, ਉਹ ਜਿਹੜਾ ਉਸ ਤੋਂ ਬਾਅਦ ਸਾਡੇ ਕਾਰਡ ਦੇ ਵਿੱਚ ਪ੍ਰੋਬਲਮ ਜਿੰਨੀ ਹੁੰਦੀ ਉਹ ਅੱਗੇ ਆ ਜਾਂਦੀ ਆ। ਇਹ ਕਾਰਡ ਨੂੰ ਬਹੁਤ ਹੀ ਬਰੀਕੀ ਦੇ ਨਾਲ ਜਦੋਂ ਵੇਖਣਾ ਪੈਂਦਾ ਇੱਥੇ ਵੇਖਣਾ ਪੈਂਦਾ ਕਿ ਕੁਝ ਕਾਰਡ ਇਸ ਕਰਕੇ ਨਹੀਂ ਰਿਪੇਅਰ ਹੁੰਦੇ ਕਿਉਂਕਿ ਉਹਨਾਂ ਦਾ ਪਾਰਟਸ ਨਹੀਂ ਮਿਲਦੇ। ਸਾਡੇ ਕੋਲ ਇਹਨਾਂ ਮਦਰਬੋਰਡ ਬਰੀਕੀ ਤੋਂ ਬਰੀਕੀ ਜਿਹੜੇ ਉਹ ਰਿਪੇਅਰ ਹੋ ਰਹੇ ਨੇ, ਆਹ ਸਾਰੇ ਮਦਰਬੋਰਡ ਤੁਸੀਂ ਵੇਖ ਸਕਦੇ ਜੇ ਸਾਡੇ ਕੋਲ ਬ੍ਰਾਂਡਡ ਰੀਅਲਮੀ ਕੰਪਨੀ ਦੇ ਐਲਈਡੀ ਦੇ ਆਏ ਹੋਏ ਨੇ ਤੇ ਸਾਰੇ ਹੀ ਇੱਕੋ ਕੰਪਨੀ ਦੇ ਕਾਰਡ ਨੇ ਜਿਹੜੇ ਅਸੀਂ ਰਿਪੇਅਰ ਕਰਦੇ ਪਏ ਆ। ਉਹ ਬਦਲ ਦਿੰਦੇ ਨੇ, ਅਸੀਂ ਉਹਨੂੰ ਰਿਪੇਅਰ ਕਰਦੇ ਆ, ਬਦਲਦੇ ਅਸੀਂ ਉਦੋਂ ਆ ਜਦੋਂ ਮੰਨ ਲਓ ਕਿ ਮਦਰਬੋਰਡ ਸਸਤਾ ਹੁੰਦਾ ਆ ਔਰ ਇਹ ਪਾਰਟਸ ਮਹਿੰਗੇ ਹੁੰਦੇ ਨੇ। ਅਸੀਂ ਪੂਰਾ ਟੈਕਨੋਲੋਜੀ ਨਾਲ ਪੂਰਾ ਇਕੁਅਲ ਪੂਰਾ ਬਰਾਬਰ ਕੰਮ ਕਰਦੇ ਆ ਕਿਉਂਕਿ ਅਸੀਂ YouTube ਤੇ ਐਰਾ ਵਗੈਰਾ ਵੀਡੀਓ ਵੇਖ ਕੇ ਐਲਈਡੀ ਰਿਪੇਅਰ ਨਹੀਂ ਕਰਦੇ। ਅਸੀਂ ਪ੍ਰੋਪਰ ਟ੍ਰੇਨਿੰਗ ਲਈ ਆ ਔਰ ਸਾਡਾ ਸਟਾਫ ਜਿਹੜਾ ਹਰ ਮੰਥ ਟ੍ਰੇਨਿੰਗ ਲੈਣ ਲਈ ਬਾਹਰ ਅਲੱਗ ਅਲੱਗ ਕੰਟਰੀਆਂ ਵਿੱਚ ਜਾਂਦਾ ਰਹਿੰਦਾ। ਆ ਵੇਖੋ ਜੀ ਸਾਡੇ ਦੇ ਚਾਚਾ ਜੀ ਵੀ ਹੱਥ ਮਚਾ ਰਹੇ ਆ, ਇਹਨਾਂ ਨੂੰ ਵੀ ਨਹੀਂ ਵੇਲੇ ਪੈਂਦੇ ਦਾ, ਇਹਨਾਂ ਕੋਈ ਨਿੱਕੇ ਨਿੱਕੇ ਨੌਲੇਜ ਵਾਲੀਆਂ ਕੰਮ ਵਾਲੇ ਛੋਟੇ ਛੋਟੇ ਕੰਮ ਕਰਾਈਦੇ ਨੇ। ਬਾਕੀ ਆਹ ਜਿਹੜੀ ਐਲਈਡੀ ਦੇ ਨਾ ਇੱਥੇ ਅਸੀਂ ਜਿਹੜੇ ਕੋਫ ਹੁੰਦੇ ਨੇ ਉਹਨੂੰ ਕਲੀਨ ਕਰਦੇ ਆ। ਇਹ ਕਲੀਨ ਉਹ ਹੁੰਦੇ ਨੇ ਜਿਹੜੇ ਓਲਡ ਜ਼ਿਆਦਾ ਹੋ ਜਾਂਦੇ ਨੇ ਜਾਂ ਜਿਨ੍ਹਾਂ ਦੇ ਡਸਟ ਪਈ ਹੁੰਦੀ ਆ, ਉਹਨੂੰ ਜਦੋਂ ਪਾਰਟਸ ਨਹੀਂ ਕੋਈ ਮਿਲਦਾ ਉਹਨੂੰ ਪੁਰਾਣੇ ਨੂੰ ਰਿਪੀਟ ਕਰਕੇ ਚਲਾ ਕੇ ਵੇਖਣ ਦੀ ਕੋਸ਼ਿਸ਼ ਕਰਦੇ ਆ ਕਿ
ਕਸਟਮਰ ਦਾ ਖਰਚਾ ਹੀ ਬਚ ਜੇ ਤੇ ਕਸਟਮਰ ਦੀ ਐਲਈਡੀ ਵੀ ਚੱਲ ਜੇ ਘੱਟ ਪੈ। ਹਾਂ ਦੀਪਕ ਚੈੱਕ ਕੀਤਾ ਇਹਨਾਂ ਦੀ ਐਲਈਡੀ ਨੂੰ ਕੀ ਪ੍ਰੋਬਲਮ ਹੈ? ਚੈੱਕ ਕੀਤਾ, ਕਾਰਡ ਪਾਇਆ ਸੀ, ਠੀਕ ਹੈ, ਇਹਨਾਂ ਦਾ ਰੋਕਿਆ। ਅੱਛਾ ਜੀ, ਆ ਜਿਹੜਾ ਲੱਗਾ ਸਪਲਾਈ ਵਾਲਾ ਇਹਨਾਂ ਦਾ ਇਹ ਖਰਾਬ ਆ। ਠੀਕ ਹੈ ਜੀ, ਅੱਛਾ ਇਹ ਖਰਾਬ ਆ। ਹੁਣ ਮਤਲਬ ਟੋਟਲ ਕਿੰਨੇ ਪੈਸੇ ਦੇਣੇ ਆ ਜੀ ਅਸੀਂ ਤੁਹਾਨੂੰ? ਸਰ ਤੁਸੀਂ ਸਾਨੂੰ ਦੇਣਾ ਜੀ ਸਾਰਾ ਜੀ 4,050 ਰੁਪਏ। ਬਿਲਕੁਲ 60,000 ਰੁਪਈਆ, ਤੁਸੀਂ 25,000 ਬਚਾਤਾ ਨਾ। ਬਿਲਕੁਲ ਬਿਲਕੁਲ ਜੀ, ਤੁਹਾਡਾ 25,000 ਰੁਪਈਆ ਬਚ ਗਿਆ, ਤੁਹਾਡੀ ਐਲਈਡੀ ਜਿਹੜੀ ਓਰੀਜਨਲ ਚੱਲ ਗਈ ਆ। ਵਾਹ ਭਾਈ ਸਾਹਿਬ, 2,500 ਰੁਪਈਏ ਕਾਫੀ ਬਚ ਗਿਆ। ਤੁਸੀਂ ਵੀ ਜੇ ਬਚਾਉਣਾ ਚਾਹੁੰਦੇ ਆ ਤੇ ਐਵੇਂ ਬਿਨਾਂ ਵਜ੍ਹਾ ਠੱਗੇ ਨਹੀਂ ਜਾਣਾ ਜੀ। ਆਪਾਂ ਆਉਣਾ ਜੀ ਸਾਡੇ ਰਕੇਸ਼ ਭਾਜੀ ਕੋਲ, ਔਰ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਨੇ ਤੇ ਤੁਸੀਂ ਉਹਨਾਂ ਨੂੰ ਕਾਲ ਕਰ ਲਿਓ, ਫਿਰ ਆਇਓ। ਅੰਮ੍ਰਿਤਸਰ ਦੇ ਆ ਤੁਸੀਂ ਲੋਕਲ ਤਾਂ ਡਿਫਰੈਂਟ ਕਰ ਲਿਆ ਜੀ, ਬੁਕਿੰਗ ਕੋਈ ਗੱਲ ਨਹੀਂ, ਗੇੜਾ ਸ਼ੇੜਾ ਵੱਜ ਵੀ ਜਾਵੇ ਕੋਈ ਗੱਲ ਨਹੀਂ ਏਅਰਪੋਰਟ ਆਇਆ ਨੂੰ, ਪਰ ਦੂਰੋਂ ਆ ਰਹੇ ਜੇ ਤਾਂ ਇੱਕ ਵਾਰ ਕਾਲ ਚੱਲਦੇ ਨੰਬਰਾਂ 'ਤੇ ਕਰਕੇ ਭਾਜੀ ਨਾਲ ਕੰਸਲਟ ਕਰਕੇ ਫਿਰ ਤੁਸੀਂ ਆਓ। ਕਈ ਭਾਈ ਜਿੱਦਾਂ ਤੁਸੀਂ ਕਹਿੰਦੇ ਵੀ ਕਈ ਐਲਈਡੀਆਂ ਰਿਪੇਅਰ ਹੋਣ ਵਾਲੀਆਂ ਹੁੰਦੀਆਂ ਨਹੀਂ, ਉਹਦਾ ਫਿਰ ਹੱਲ ਕੀ ਹੈ ਜੀ? ਜੀ ਅਸੀਂ ਐਲਈਡੀ ਮੋੜਤੀ, ਉਹ ਕਦੋਂ ਵੀ ਨਹੀਂ ਰਿਪੇਅਰ ਹੋਣੀ ਹੈ ਤੇ ਕਸਟਮਰ ਨੂੰ ਤਸੱਲੀ ਹੈ ਕਿ ਜਿਹੜੀ ਐਲਈਡੀ ਨਹੀਂ ਰਿਪੇਅਰ ਹੁੰਦੀ, ਠੀਕ ਹੈ ਜੀ, ਉਹਨਾਂ ਲਈ ਅਸੀਂ ਸਪੈਸ਼ਲ ਆਫਰ ਲੈਂਦੀ ਆ ਕਿ ਉਹ ਨਵੀਂ ਐਲਈਡੀ ਜ਼ਰੂਰ ਖਰੀਦ ਸਕਦੇ ਨੇ। ਸਾਡਾ ਖੁਦ ਦਾ ਬ੍ਰਾਂਡ ਹੈਗਾ ਵਰਲਡਮੀ, ਸਾਡੇ ਕੋਲ ਫਿਕਸ ਪ੍ਰਾਈਜ਼ ਨੇ, ਫਿਕਸ ਪ੍ਰਾਈਜ਼ ਹਰ ਇੱਕ ਐਲਈਡੀ ਤੇ ਲੱਗੇ ਹੋਏ ਨੇ। ਬਾਕੀ ਇਹ ਕਿ ਅਸੀਂ ਕੋਈ ਨਾਰਾਜ਼ ਹੋ ਕੇ ਵੀਰ ਭਰਾ ਨਹੀਂ ਜਾਣ ਦੇਵਾਂਗੇ, ਜਿਹੜੀ ਐਲਈਡੀ ਨਹੀਂ ਰਿਪੇਅਰ ਹੋ ਸਕਦੀ ਅਸੀਂ ਹੋਰ ਕੋਈ ਗਲਤ ਪੈਸੇ ਨਹੀਂ ਲਵਾਂਗੇ। ਬਾਕੀ ਉਹਨੂੰ ਸਪੈਸ਼ਲ ਆਫਰ ਇਹ ਦੇ ਦਾਂਗੇ ਕਿਉਂਕਿ ਉਹ ਸਾਡੇ ਕੋਲ ਚੱਲ ਕੇ ਆਇਆ ਹੋਏਗਾ 100 ਕਿਲੋਮੀਟਰ, 200 ਕਿਲੋਮੀਟਰ, 300 ਕਿਲੋਮੀਟਰ, ਉਹਨੂੰ ਨਿਰਾਸ਼ ਨਹੀਂ ਭੇਜਾਂਗੇ। ਸਾਡੀ ਐਲਈਡੀ ਦੇ ਹਰ ਇੱਕ ਦੇ ਫਿਕਸ ਪ੍ਰਾਈਜ਼ ਲੱਗੇ ਹੋਏ ਨੇ, ਉਹਨਾਂ ਨੂੰ ਸਪੈਸ਼ਲ ਆਫਰ। ਉਹਨਾਂ ਦੀ ਐਲਈਡੀ ਹੋਵੇ 100 ਦੀ, ਚਾਹੇ ਹੋਵੇ 200 ਦੀ, ਚਾਹੇ ਹੋਵੇ 500 ਦੀ, 30 ਹੋਵੇ, 25 ਹੋਵੇ, ਜਿੱਦਾਂ ਦੀ ਵੀ ਐਲਈਡੀ ਹੋਵੇ, ਉਹਨਾਂ ਨੂੰ ਮੈਂ ਸਪੈਸ਼ਲ 1,500 ਰੁਪਏ ਦਾ ਡਿਸਕਾਊਂਟ ਦੇ ਦਾਂਗਾ ਜਿੰਨੀ ਵੀ ਐਲਈਡੀ ਲੱਗੀ ਹੋਵੇਗੀ। ਜੇ ਉਹਨਾਂ ਦੀ ਐਲਈਡੀ 100 ਰੁਪਏ ਦੀ ਹੋਏਗੀ ਨਾ, ਮੈਂ 1,500 ਵਾਲੀ ਐਲਈਡੀ 20,000 ਦੀ ਦੇ ਦਾਂਗਾ, ਜਿਹੜੀ ਐਲਈਡੀ ਸਾਡੇ ਕੋਲ ਹੋਏਗੀ 7,500 ਦੀ, ਉਹ ਐਲਈਡੀ ਮੈਂ 6,000 ਦੀ ਦੇ ਦਾਂਗਾ ਜੀ। ਬਾਕੀ ਹੋਰ ਇਹ ਤੋਂ ਵੱਧ ਮੈਂ ਕੋਈ ਕਰ ਨਹੀਂ ਸਕਦਾ। ਅਸੀਂ ਇਹ ਵੀ ਚੈਲੰਜ ਕਰਦੇ ਹਾਂ, ਦਿੱਲੀ ਤੋਂ ਵੀ ਸਸਤੀ ਐਲਈਡੀ ਤੁਹਾਨੂੰ ਪੰਜਾਬ ਵਿੱਚੋਂ ਮਿਲੂਗੀ, ਦਿੱਲੀ ਤੋਂ ਵੀ ਸਸਤੀ ਪੰਜਾਬ ਵਿੱਚ ਐਲਈਡੀ ਮਿਲੂਗੀ। ਦਿੱਲੀ 7,500 ਰੁਪਏ ਦੀ ਐਲਈਡੀ ਆ 32 ਇੰਚ, ਸਾਡੇ ਕੋਲ ਐਲਈਡੀ ਦਾ ਪ੍ਰਾਈਜ਼ ਸ਼ੁਰੂ ਹੋ ਜਾਂਦਾ ਵਾ 6,000 ਰੁਪਏ ਦਾ ਵਿਦਆਊਟ ਸਮਾਰਟ, 6,000 ਰੁਪਏ ਦੀ 32 ਇੰਚ, ਕਿਉਂਕਿ ਜਨਾ ਰਾਮਬਾਗ ਮਿਲੇਗੀ ਨਾ ਤੁਹਾਨੂੰ ਦਿੱਲੀ ਤੋਂ ਮਿਲੇਗੀ। ਤੇ ਸਾਡਾ ਜਿਹੜਾ ਪ੍ਰਾਈਜ਼ ਹੋਏਗਾ ਨਾ, ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਵੇਂਦੇ ਜੇ ਨਾਲ 7,500 ਦੀ ਐਲਈਡੀ, ਨਾਲ ਆ ਗਿਫਟ, ਨਾਲ ਉਹ ਗਿਫਟ, ਨਾਲ ਇਹ ਗਿਫਟ, ਅਸੀਂ ਕੋਈ ਗਿਫਟ ਨਹੀਂ ਦਿੰਦੇ, ਸਿੱਧਾ ਹੀ ਡਿਸਕਾਊਂਟ ਦਵਾਂਗੇ। ਜਿਹੜਾ ਐਲਈਡੀ ਸਾਡੇ ਕੋਲ ਹੈਗਾ ਬ੍ਰੇਕਜ ਜਾਂ ਟੁੱਟੀ ਜਾਂ ਪੁਰਾਣੀ, ਉਹਨੂੰ ਅਸੀਂ ਸਪੈਸ਼ਲ ਡਿਸਕਾਊਂਟ 1,500 ਰੁਪਏ ਦਾ ਦੇ ਦਾਂਗੇ। ਦਿਵਾਲੀ ਆਫਰ ਹੁੰਦਾ ਹੈ, ਕਿਸੇ ਦਾ ਲੋਹੜੀ ਆਫਰ ਹੁੰਦਾ ਹੈ, ਸਾਡਾ ਹਰ ਵਾਰੀ ਮੇਲਾ ਹੈ, ਤੁਸੀਂ ਵੇਖ ਹੀ ਸਕਦੇ ਜੀ, ਸਾਡਾ ਹਰ ਦਿਨ ਮੇਲਾ ਹੈ, ਹਰ ਦਿਨ ਦਾ ਪ੍ਰਾਈਜ਼ ਕੀ ਬਿਲਕੁਲ ਲੈਸ ਤੋਂ ਲੈਸ ਪ੍ਰਾਈਜ਼ ਜੋ ਹੋਵੇਗਾ, ਸਾਡੇ ਪੇਜ ਤੇ ਵੀ ਲਿਖ ਕੇ ਲਾਇਆ ਆ, ਹਰ ਵੇਲੇ ਦਾ ਮੇਲਾ, ਮਤਲਬ ਵਿਸਾਖੀ ਦਾ ਮੇਲਾ ਭਾਵੇਂ ਲੰਘ ਗਿਆ, ਆਪਣਾ ਮੇਲਾ ਚੱਲੀ ਜਾ, ਵਿਸਾਖੀ ਲੰਘ ਜੇ ਭਾਵੇਂ ਲੋਹੜੀ ਲੰਘ ਜੇ ਭਾਵੇਂ ਦੀਵਾਲੀ ਲੰਘ ਜੇ, ਸਾਰਿਆਂ ਲਈ ਅੱਗੇ ਦੀਵਾਲੀ ਵੀ ਆਉਣੀ ਆ, ਲੋਹੜੀ ਵੀ ਆਉਣੀ ਆ, ਇਸ ਲਈ ਅਸੀਂ ਹਰ ਵੇਲੇ ਦਾ ਮੇਲਾ ਲਾਇਆ, ਹਰ ਵੇਲੇ ਦਾ ਮੇਲਾ ਲਾਇਆ ਆ। ਜਦੋਂ ਮਰਜ਼ੀ ਆਓ ਸਾਡੇ ਕੋਲ ਐਲਈਡੀ ਲੈ ਕੇ ਜਾਓ, ਜੇ ਐਲਈਡੀ ਤੁਹਾਡੀ ਪੁਰਾਣੀ ਨਹੀਂ ਰਿਪੇਅਰ ਹੋਵੇਗੀ ਤੇ ਅਸੀਂ ਤਾਂ 1,500 ਘਟਾਵਾਂਗੇ, ਨਹੀਂ ਤਾਂ ਵੈਸੇ ਅਸੀਂ ਸਾਡਾ ਫਿਕਸ ਪ੍ਰਾਈਜ਼ ਹੈਗਾ ਏ, ਜੋ ਪ੍ਰਾਈਜ਼ ਲਿਖਿਆ ਹੋਇਆ ਉਹੀ ਲਵਾਂਗੇ। ਆਉਣਾ ਕਿਹੜੀ ਜਗ੍ਹਾ ਜੀ? ਇੰਟਰਨੈਸ਼ਨਲ ਏਅਰਪੋਰਟ ਕੁੱਕੜਾ ਵਾਲਾ, ਆਰ ਕੇ ਐਲਈਡੀ ਪੈਨਲ ਰਿਪੇਅਰ ਫੈਕਟਰੀ, ਸਾਡਾ ਇੰਸਟਾਗ੍ਰਾਮ, ਫੇਸਬੁੱਕ ਹਰ ਤਰ੍ਹਾਂ ਦਾ ਪੇਜ ਆ, ਕਿਸੇ ਵੀ ਗੂਗਲ ਤੇ ਜਾ ਕੇ ਸਰਚ ਮਾਰੋ ਆਰ ਕੇ ਐਲਈਡੀ ਪੈਨਲ ਰਿਪੇਅਰ ਫੈਕਟਰੀ, ਸਾਡੀ ਹਰ ਇੱਕ ਸਾਈਟ ਤੇ ਸਾਡਾ ਜਿਹੜਾ ਆਪਣਾ ਪੇਜ ਸ਼ੋਅ ਹੋ ਜਾਏਗਾ। ਸਾਡੇ ਪਹਿਲਾਂ ਇੰਸਟਾਗ੍ਰਾਮ ਤੇ ਜਾਓ, ਸਾਡੇ ਬਾਰੇ ਜਾਣੋ, ਚੰਗੀ ਤਰ੍ਹਾਂ ਵੀਡੀਓ ਦੇਖੋ, ਸਾਡੇ ਕੋਲ ਜਿਹੜੇ ਕਸਟਮਰ ਯੂਪੀ, ਹਰਿਆਣਾ, ਹਿਮਾਚਲ, ਜੰਮੂ, ਕਸ਼ਮੀਰ, ਜਿੰਨੀ ਜਿੰਨੀ ਦੂਰ ਤੋਂ ਆ ਰਹੇ ਨੇ, ਪਹਿਲਾਂ ਉਹਨਾਂ ਦਾ ਰਿਵਿਊ ਲਓ, ਫਿਰ ਸਾਡੇ ਕੋਲ ਆਓ। ਬਾਕੀ ਸਾਡੇ ਕੋਲ ਸਮਾਂ ਲੈ ਕੇ ਤੁਹਾਨੂੰ ਆਉਣਾ ਪਏਗਾ, ਤੁਸੀਂ ਕਾਹਲੀ ਨਾ ਕਰਿਓ, ਪਹਿਲਾਂ ਸਾਡੇ ਕੋਲ ਟਾਈਮ 2-4-5 ਦਿਨਾਂ ਨੂੰ ਕੋਲ ਕਰੋ, ਸਾਡੇ ਕੋਲ ਟਾਈਮ ਲਓ, ਅਸੀਂ ਟਾਈਮ ਤੁਹਾਨੂੰ ਦੇਵਾਂਗੇ। ਜਿਸ ਦਿਨ ਤਾਂ ਟਾਈਮ ਦੇਵਾਂਗੇ, ਉਹ ਫਿਰ ਅੱਜ ਦੀ ਐਲਈਡੀ ਜਿਹੜੀ ਉਸੇ ਟਾਈਮ ਹੋਏਗੀ, ਜਦੋਂ ਤੁਸੀਂ ਟਾਈਮ ਲੈਣ ਤੋਂ ਬਿਨਾਂ ਆਓਗੇ ਸਾਡੇ ਕੋਲ ਸਿੱਧੇ ਆਓਗੇ, ਫਿਰ ਅਸੀਂ ਐਲਈਡੀ ਜਮ੍ਹਾਂ ਕਰ ਲੈਂਦੇ ਹਾਂ, ਫਿਰ ਜਿਸ ਦਿਨ ਨੰਬਰ ਲੱਗੇਗਾ ਉਦੋਂ ਹੀ ਕਰਾਂਗੇ। ਟਾਈਮ ਲਿਮਿਟਡ ਹੈਗਾ ਜੀ, 11 ਵਜੇ ਤੋਂ ਲੈ ਕੇ 7 ਵਜੇ ਦੇ ਉਹਦੇ ਵਿੱਚ ਹੀ ਕੋਲ ਕਰੋ ਸਾਨੂੰ, ਕਿ ਸਕਰੀਨ 'ਤੇ ਤੁਸੀਂ ਚੈੱਕ ਕਰ ਸਕਦੇ ਜੇ ਸਾਡੇ ਸਾਰੇ ਨੰਬਰ ਚੱਲ ਰਹੇ ਨੇ, ਅਤੇ ਤੁਸੀਂ ਸਾਡੇ ਇੰਸਟਾਗ੍ਰਾਮ ਦੇ ਪੇਜ ਨੂੰ ਵੀ ਫੋਲੋ ਜ਼ਰੂਰ।